ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਤੇ ਪੈਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਦੀਵਾਲੀ ਦੇ ਮੱਦੇਨਜ਼ਰ ਪਾਤੜਾ ਸ਼ਹਿਰ ਅੰਦਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ। ਆਉਣ ਵਾਲੀ ਦੀਵਾਲੀ ਅਤੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਅੰਦਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ। ਇਹ ਕਹਿਣਾ ਹੈ ਕਿ ਡੀਐਸਪੀ ਪਾਤੜਾ ਬੂਟਾ ਸਿੰਘ ਦਾ, ਜਿਨ੍ਹਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੁਸਹਿਰੇ ਦੇ ਤਿਉਹਾਰ ਸਮੇਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ, ਉਸੇ ਤਰ੍ਹਾਂ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ਅਤੇ ਧਾਰਮਿਕ ਸਥਾਨਾਂ ਤੇ ਪੁਲਿਸ ਪੂਰੀ ਤਰ੍ਹਾਂ ਮਸਤੈਦ ਰਹੇਗੀ ਅਤੇ ਕਿਸੇ ਵੀ ਸ਼ਰਾਰਤੀ ਅੰਸਰ ਤੇ ਪੂਰੀ ਨਜ਼ਰ ਰਹੇਗੀ ਅਤੇ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਟ੍ਰੈਫਿਕ ਦੀ ਸਮੱਸਿਆ ਤੇ ਬੋਲਟ ਦੇ ਪਟਾਕੇ ਵਜਾਉਣ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ਼ਹਿਰ ਵਿੱਚ ਜਿਹੜਾ ਹੈਗਾ, ਜਿਸ ਤਰ੍ਹਾਂ ਪਿੱਛੇ ਦੁਸਹਿਰਾ ਦਾ ਤਿਉਹਾਰ ਲੰਘਿਆ, ਉਸ ਵੇਲੇ ਵੀ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸੀ, ਤਾਂ ਹੁਣ ਵੀ ਦੀਵਾਲੀ ਮੱਦੇਨਜ਼ਰ ਜਿਹੜਾ ਹੈਗਾ ਹਰ ਮੁਹੱਲੇ ਵਿੱਚ, ਹਰ ਸ਼ਹਿਰ ਦੇ ਦਾਣਾ ਮੰਡੀਆਂ, ਬਾਜ਼ਾਰ ਜਾਂ ਧਾਰਮਿਕ ਥਾਵਾਂ 'ਤੇ ਪੁਲਿਸ ਵੱਲੋਂ ਸਖ਼ਤ ਜਿਹੜਾ ਹੈ ਚੌਕਸੀ ਹੈ ਅਤੇ ਸ਼ੱਕੀ ਲੋਕਾਂ ਦੀ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ। ਟ੍ਰੈਫਿਕ ਪੁਲਿਸ ਵੀ ਜਿਹੜਾ ਹੈ ਵੱਖਰੇ ਤੌਰ 'ਤੇ ਟ੍ਰੈਫਿਕ ਦੇ ਮੱਦੇਨਜ਼ਰ ਵੀ ਜਿਹੜਾ ਹੈ ਸ਼ਹਿਰ ਵਾਸੀਆਂ ਨੂੰ ਨਜ਼ਰ ਦੇਣ ਲਈ ਅਸੀਂ ਲਾਈ ਹੋਈ ਹੈ ਔਰ ਹਰ ਇੱਕ ਕਰਮਚਾਰੀ ਨੂੰ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਨ ਲਈ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਕਿਸੇ ਵੀ ਮਾੜੇ ਅਨਸਰ ਨੂੰ ਕਿਸੇ ਵੀ ਲੈਵਲ 'ਤੇ ਸਪੇਅਰ ਨਹੀਂ ਕੀਤਾ ਜਾਵੇਗਾ, ਇਸ ਕਰਕੇ ਮਾੜੇ ਅਨਸਰ ਨੂੰ ਹਦਾਇਤ ਕੀਤੀ ਜਾਂਦੀ ਕਿ ਉਹ ਆਪਣੇ ਰਕਨਾਂ ਤੋਂ ਬਾਹਰ ਜਾਣ। ਚਲੋ ਉਹਦੇ ਬਾਰੇ ਵੀ ਜਿਹੜਾ ਹੈਗਾ ਸ਼ਹਿਰਦਾਰੀ ਦੇ ਵਿੱਚ ਜੇ ਕਿਸੇ ਨੇ ਨਜਾਇਜ਼ ਜਾਣ ਬੁੱਝ ਕੇ ਵੀ ਕਬਜ਼ਾ ਕੀਤਾ ਹੈ ਤਾਂ ਉਹ ਵੀ ਚੈੱਕ ਕੀਤਾ ਜਾਵੇਗਾ, ਤਾਂ ਜੇ ਕੋਈ ਟ੍ਰੈਫਿਕ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਉਹ ਵੀ ਚੈੱਕ ਕਰਕੇ ਉਹਨੂੰ ਦੂਰ ਕਰਾ। ਪਟਾਕਿਆਂ ਦੇ ਬਾਰੇ ਪੂਰਨ ਤੌਰ 'ਤੇ ਫਿਲਹਾਲ ਪਾਬੰਦੀ ਹੈ, ਤਾਂ ਮੇਰੀ ਦੁਕਾਨਦਾਰਾਂ ਨੂੰ ਅਪੀਲ ਹੈ ਕਿ ਪਟਾਕੇ ਕਿਸੇ ਵੀ ਕੀਮਤ 'ਤੇ ਜਿਹੜਾ ਹੈਗਾ ਉਹ ਬਿਨਾਂ ਪ੍ਰਵਾਨਗੀ ਦੇ ਨਾ ਰੱਖੇ ਜਾਣ, ਚਾਹੇ ਉਹ ਅਸਤਬਾਜ਼ੀ ਹੈ, ਚਾਹੇ ਉਹ ਬੰਬ ਹੈ, ਚਾਹੇ ਉਹ ਕੋਈ ਹੋਰ ਪਟਾਕਾ ਹੈ, ਅਤੇ ਨਾ ਹੀ ਜਿਹੜਾ ਸਟੋਰ ਕਰਨ ਦੀ ਕੋਈ ਪ੍ਰਵਾਨਗੀ ਹੈ। ਸਟੋਰ ਜੇ ਕਿਸੇ ਨੇ ਕੀਤਾ ਪਟਾਕਿਆਂ ਦਾ ਤਾਂ ਉਹ ਨਿਗਾਹ ਚਾਹੀਏ, ਤਾਂ ਉਹਨਾਂ 'ਤੇ ਜਿਹੜੀ ਹੈ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਵਾਸਤੇ ਵੀ ਸਖ਼ਤ ਹਦਾਇਤਾਂ ਨੇ, ਜੇ ਕੋਈ ਮਿਲਦਾ ਹੈ ਤਾਂ ਉਹਦੇ 'ਤੇ ਜੋ ਕਾਨੂੰਨ ਅਨੁਸਾਰ ਪ੍ਰੋਵੀਜ਼ਨ ਹੈ ਉਹਦੇ ਮੁਤਾਬਕ ਟ੍ਰਿਪਲ ਰਾਈਡਿੰਗ ਬਿਨਾਂ ਨੰਬਰ ਪਲੇਟ ਅਤੇ ਬੁਲਟ 'ਤੇ ਪਟਾਕੇ ਜਿਹੜੇ ਉਹ ਬਰਦਾਸ਼ਤ ਨਹੀਂ ਕੀਤੇ ਜਾਣਗੇ, ਉਹਨਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਚਲੋ ਪਰਮਾਨੈਂਟ ਤਾਂ ਹੈ, ਸਮਝਾਇਆ ਵੀ ਜਾਂਦਾ, ਪਰ ਜੇ ਕੋਈ ਫਿਰ ਵੀ ਜਾਣ ਬੁੱਝ ਕੇ ਖਰਮਸਤੀ ਕਰਦਾ ਤਾਂ ਉਹਦੇ ਫਿਰ ਕਾਨੂੰਨ ਦਾ ਡੰਡਾ। ਲਗਾਤਾਰ ਜਿਹੜੀਆਂ ਹੈਗੀਆਂ ਹਦਾਇਤਾਂ ਪਹਿਲਾਂ ਵੀ ਚੱਲਦੀਆਂ ਨੇ, ਹੁਣ ਹੋਰ ਸਪੈਸ਼ਲ ਤੌਰ 'ਤੇ SHO ਸਾਹਿਬਾਨ ਨੂੰ ਜਿਹੜਾ ਹੈ ਉਹ ਹਦਾਇਤ ਕੀਤੀ ਕਿ ਆਪ ਖੁਦ ਇਸ ਚੀਜ਼ ਨੂੰ ਦੇਖ ਕੇ ਚੈੱਕ ਕਰਨ, ਚੈੱਕ ਕਰਕੇ ਬਣਦੀ ਜਿਹੜੀ ਕਾਰਵਾਈ ਇਹਨਾਂ ਜਿਹੜੇ ਹੈਗੇ ਆ ਮਾੜੇ ਅਨਸਰਾਂ 'ਤੇ ਜਾਂ ਸ਼ਰਾਰਤੀ ਅਨਸਰਾਂ 'ਤੇ। ਪਾਤੜਾ ਤੋਂ ਸਤਪਾਲ ਗਰਗ ਦੀ ਰਿਪੋਰਟ।